ਇਹਨਾਂ ਕੋ ਹਰਾਮ ਦੇ ਪੈਸੇ ਬੜੇ ਆ। ਉਹ ਗੁੱਗੇ ਦੇਖੇ ਨਾ, ਗੁੱਗੇ ਗੁੱਗੇ ਦੇਖੇ ਆ, ਉਹ ਜਨਾਨੀਆਂ ਗੁੱਗੇ ਪੂਜਦੀਆਂ ਹੁੰਦੀਆਂ ਕਈ ਵਾਰ, ਦੇਖਿਆ ਨਾ ਤੁਸੀਂ, ਉਹ ਦੁੱਧ ਰੱਖ ਦਿੰਦੀਆਂ ਨੇ ਐ ਉੱਪਰ, ਦੇਖਿਆ ਇਦਾਂ ਐ ਰੱਖ ਦਿੰਦੀਆਂ, ਤੇ ਰਾਤ ਨੂੰ ਗੁੱਗਾ ਨਿਕਲਦਾ ਕਰ 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 ਕਰ, ਉਹ ਦੁੱਧ ਦੇ ਵਿੱਚ ਮੂੰਹ ਪਾ ਕੇ ਸੜਾਕਾ ਮਾਰਦਾ, ਦੁੱਧ ਅੰਦਰ ਤੇ ਗੁੱਗਾ ਵੀ ਅੰਦਰ, ਠੱਕ ਠੋਕੋ ਠੋਕੋ ਡਾਲੀ ਠੋਕੋ। ਇਹ ਗੁੱਗੇ ਆ ਗੁੱਗੇ, ਇਹ ਰਾਤਾਂ ਦੇ ਹਨੇਰਿਆਂ ਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਨਿਕਲਣਗੇ। ਜੋ ਛੋਟੀ ਭੈਣ ਦਾ ਠੀਕ ਕਹਿਣਾ ਬੜਿੰਗ ਕੋਲ ਨੀ ਹੈ, ਉਹ ਕੀ ਨਾਮ ਛੋਟਾ ਭਾਈ ਮੇਰਾ, ਉਹਦੇ ਕੋਲ ਨੀ ਹੈਗੀਆਂ, ਇਹ ਨਿਕਲਣਗੇ, ਇਹ ਪੇਟੀਆਂ ਲੈ ਕੇ ਨਿਕਲਣਗੇ ਨੋਟਾਂ ਦੀਆਂ, ਕਿਉਂਕਿ ਇਹਨਾਂ ਕੋਲ ਹਰਾਮ ਦੇ ਪੈਸੇ ਹੈ। ਇਹਨਾਂ ਨੇ ਪੰਜਾਬ ਦੇ ਦੁੱਖਾਂ ਦੇ ਉੱਤੇ ਸੁੱਖ ਵਿਲਾਸ ਬਣਾਏ ਹੈ। ਜਦੋਂ ਸਰਕਾਰ ਆਈ ਹੈ ਹੋਟਲ ਪਾਏ, ਬੱਸਾਂ ਪਾਈਆਂ, ਰੇਤੇ ਚੁੱਕਵਾ, ਸਿੱਧੂ ਨੇ ਤੇ ਆਪਣਾ ਇਮਾਨ ਨਹੀਂ ਵੇਚਿਆ, ਇਹਨਾਂ ਨੇ ਚਿੱਟੇ ਦੀਆਂ ਪੁੜੀਆਂ ਵੇਚੀਆਂ, ਚਿੱਟੇ ਦੀਆਂ ਪੁੜੀਆਂ, ਚਿੱਟੀਆਂ ਗੱਡੀਆਂ ਲਾਲ ਬੱਤੀਆਂ, ਚਿੱਟੇ ਦੀਆਂ ਪੁੜੀਆਂ, ਰੇਤਾ ਵੇਚਿਆ ਤੇ ਮੁੱਦਾ ਕਰ ਲਓ, ਗੰਨੇ ਤੋਂ ਗੰਢੇਰੀ ਮਿੱਠੀ, ਗੁੜ ਤੋਂ ਮਿੱਠਾ ਰਾਵਾ, ਭਾਈ ਤੋਂ ਭਤੀਜਾ ਪਿਆਰਾ, ਇਹਨਾਂ ਨੂੰ ਸਭ ਤੋਂ ਪਿਆਰਾ ਸਾ
सरपंच जे वोटा ना पवाइया ते पते पवावांगे और उथे फलानी थां दे उत्ते टकावांगे। पुलिस का सियासीकरण करके लोगों के जुल्म किए लोगों के ढा बजे अज लोगो थोड़ा मौका है ढाबे नहीं छे ढाबे भी इन्हों का हिस्सा इतने थोड़े लागे ढाबा बैठे लिया की ना वा दीपक दीपक बुझाता इन्होंने छोटो ताली मेरा करता तुम कहते दे हिस्सा शराब के ठेके कौन चला थो पता है एल आर लसेंस गालियां कौन दिता सी थोनू पता एक इंस्पेक्टर अपनी धी की इज्जत बचा आया मसल पर पंजाब छाती च गोली मारी नारे लाए ने सजदे भाड़े के टकुआ ने गाली दम चिंदा था शबीर के पिछे खड़के संतां ते गोलियां वराइया भुल गए ਤੁਹਾਡਾ ਕਾਂਡ ਹੋਇਆ ਤੁਹਾਡੇ ਟੋਟੇ ਕਰਦੇ ਉਂਗਲਾਂ ਵਰਤੀਆਂ ਭੁੱਲ ਗਏ ਬੀਬੀ ਚਾਰ ਕੌਰ ਨਾਮਧਾਰੀਆਂ ਦੀ ਮਾਤਾ ਮਾਰੀ ਭੁੱਲ ਗਏ ਗੁਗਨੇ ਜਿਹੜੇ ਗੋਲੀਆਂ ਮਰਵਾਈਆਂ ਭੁੱਲ ਗਏ ਸ਼ਰਿਆਮ ਚੌਂਕਾਂ 'ਚ ਖੜ ਕੇ ਗੁੰਡਾਗਿਰਦੀ ਕੀਤੀ ਲੋਕਤੰਤਰ ਦਾ ਢੱਡਾ ਤੰਤਰ ਬਣਾਇਆ ਧੰਦਾ ਕਰਨ ਵਾਲੇ ਲੋਕ ਨੇ ਧੰਦਾ ਕਰਨ ਵਾਲੇ ਵਪਾਰੀ ਜਿਹੜੀ ਕੌਮ ਦਾ ਰਾਜਾ ਵਪਾਰੀ ਹੋ ਜਾਵੇ ਉਹਦਾ ਤਬਾਹ ਹੋਣਾ ਨਿਸ਼ਚਿਤ ਹੈ ਵਪਾਰ ਕੀਤਾ ਉਹਨਾਂ ਨੇ ਤੇ ਮੈਂ ਤੁਹਾਨੂੰ ਕਹਿੰਦਾ ਕਿ ਜੋ ਤੁਹਾਡੇ ਪੱਲੇ ਸੀ ਖੋਲਿਆ ਖੋਲਿਆ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਜਾਂਦਾ ਸੀ ਰੋਲਾ ਵਜਿਆ ਅੱਖ ਦੇ ਅੱਖ ਫੁੱਟ ਗਈ ਕਹਿੰਦਾ ਕਿਹਨੇ ਕੀਤਾ ਲੈ ਕੇ ਆਓ ਤੇ ਫੜ ਕੇ ਲਿਆਂਦੀ ਇੱਕ ਬਜ਼ੁਰਗ ਔਰਤ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੀ ਮਹਾਰਾਜਾ ਮੇਰਾ ਕੋਈ ਕਸੂਰ ਨਹੀਂ ਮੇਰਾ ਪੁੱਤਰ ਤੇਰੀ ਫੌਜ 'ਚ ਸੀ ਉਹ ਮਾਰਿਆ ਗਿਆ ਅੱਜ ਘਰੇ ਰੋਟੀ ਖਾਣ ਨੂੰ ਨਹੀਂ ਮੇਰੇ ਬੱਚੇ ਭੁੱਖੇ ਹੈ ਮੇਰੀ ਬਹੂ ਬਿਮਾਰ ਪਈ ਹੈ ਮੈਂ ਤਾਂ ਬੇਰੀ ਤੋਂ ਬੇਰ ਤੋੜਨ ਆਈ ਸੀ ਤੇ ਬੇਰੀ ਦੇ ਰੋੜਾ ਮਾਰਿਆ ਉਹ ਬੇਰੀ ਦੇ ਨਾਲ ਲੱਗਿਆ ਮਹਾਰਾਜਾ ਤੇਰੀ ਅੱਖ 'ਤੇ ਲੱਗਿਆ ਮੇਰਾ ਕੋਈ ਕਸੂਰ ਨਹੀਂ ਤੇ ਉਸ ਪੰਜਾਬ ਦੇ ਦਾਨਿਸ਼ਮੰਦ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਉਹਨੇ ਕਿਹਾ ਕਿ ਇਸ ਬਜ਼ੁਰਗ ਔਰਤ ਨੂੰ 1000 ਸੋਨੇ ਦੀਆਂ ਸ਼ਰਫੀਆਂ ਦੇ ਦਿਓ ਤੇ ਉੱਥੇ ਉਹਨਾਂ ਨੇ ਕਿਹਾ ਕਿਉਂ ਇਹਨੂੰ ਸਜ਼ਾਏ ਮੌਤ ਦਿਓ ਤੇ ਰਾਜੇ ਨੇ ਕਿਹਾ ਕਿ ਜੇ ਬੇਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ ਪੇੜ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਰੋੜੇ ਲੱਗਣ ਦੇ ਉੱਤੇ ਇੱਕ ਗਰੀਬ ਔਰਤ ਨੂੰ 100 ਸ਼ਰਫੀਆਂ ਦੇ ਸਕਦਾ ਹੈ ਉਹ ਵੀ ਰਾਜੇ ਸੀ ਇਹ ਵੀ ਰਾਜੇ ਹੈ ਭੁੱਖੇ ਭੁੱਖਾ ਤਾਂ ਰੱਜਦਾ ਭੁੱਖਾ ਨਹੀਂ ਰੱਖਦਾ ਭੁੱਖੋ ਤਾਰੀ ਇਹ ਕਹੇ ਜੇ ਨੇ ਉਹ ਮੈਂ ਦੱਸ ਦਿੰਦਾ ਇਹ ਤੁਹਾਨੂੰ ਦੇਣਾ ਤੇ ਕੀ ਸੀ ਜੋ ਤੁਹਾਡੇ ਪੱਲੇ ਸੀ ਉਹ ਖੋਲਿਆ ਤੁਹਾਡੀਆਂ ਨੌਕਰੀਆਂ ਤੁਹਾਡੀ ਗੱਲ ਤੁਹਾਡੀ ਪੱਗ ਤੁਹਾਡੀ ਇੱਜ਼ਤ ਤੁਹਾਡੀ ਇੱਜ਼ਤ ਦੀ ਰੋਟੀ ਕਿਸਾਨ ਦੀ ਫਸਲ ਦੀ ਕੀਮਤ ਸਭ ਖੋਲੀ ਇੱਕ ਬੰਦਾ ਸੀ ਉਹਦਾ ਵਿਆਹ ਨਹੀਂ ਸੀ ਹੁੰਦਾ ਉਹਨੇ ਬਾਬੇ ਬਰਤੋਈ ਦੀ ਮਜ਼ਾਰ ਦੇ ਉੱਤੇ ਸੁੱਖਣਾ ਸੁੱਖੀ ਕਹਿੰਦਾ ਬਾਬਾ ਮੇਰਾ ਵਿਆਹ ਕਰਾ ਦੇ 40-40 ਦੇਸੀ ਘੇ ਦੇ ਚਰਾਗ ਬਾਲ ਉਹਨੇ ਪੀਪੀ 37 ਤੇ ਰੋਜ਼ 40 ਚਰਾਗ ਬਾਲਿਆ ਕਰੇ ਬਾਬੇ ਬਰਤੋਈ ਦੀ ਮਜ਼ਾਰ ਦੇ ਉੱਤੇ ਤੇ ਜਦੋਂ 40ਵਾਂ ਦਿਨ ਆਇਆ ਉਹਨੇ 20 ਚਰਾਗ ਬਾਲੇ ਤੇ ਪਿੱਛੋਂ ਆਵਾਜ਼ ਆਈ ਓਏ ਮੁਖਤਿਆਰ ਸਿਆਂ ਹੁਣ ਗੱਲ ਹੈ ਵੀ ਮਗਲਾਵਾ ਆ ਗਿਆ ਲੈ ਵੀ ਪੱਟੂ ਮਗਲਾਵਾ ਆ ਗਿਆ ਉਹਨੇ ਫਿਰ ਫਟੋ ਫਟ ਵਾਲੇ ਜਦੋਂ 5 ਚਰਾਗ ਰਹਿ ਗਏ ਉਹ ਕਹਿੰਦਾ ਮੁਖਤਿਆਰ ਸਿਆਂ ਓਏ ਕਹਿੰਦਾ 10 ਸੋਹਣੀ ਹੈ ਉੱਚੀ ਹੈ ਲੰਮੀ ਹੈ ਗੋਰੀ ਹੈ ਕਿ ਚਿੱਟੀ ਹੈ ਉਹ ਕਹਿੰਦਾ ਮੁਖਤਿਆਰ ਸਿਆਂ ਤੇਰੀ ਮਾਂ ਮਰ ਗਈ ਓਏ ਕਹਿੰਦਾ ਹੈ ਉਹ ਵਾਹ ਤੇਰੇ ਪੀਰ ਬਾਬਾ ਬਲਟੋਈ ਉਹ ਵਾਹ ਤੇਰੇ ਪੀਰ ਬਾਬਾ ਬਲਟੋਈ ਤਾਂ ਨਵੀਂ ਲਾੜੀ ਤਾਂ ਕੀ ਦੇਣੀ ਸੀ ਮੇਰੇ ਬਾਪੂ ਵਾਲੀ ਵੀ ਖੋਈ ਠੋਕੋ ਠੋਕੋ ਤਾੜੀ ਠੋਕੋ ਜਿਹੜਾ ਟਿਕਾ ਕੇ ਰੱਖਿਆ ਕੁਛ ਤੁਹਾਡੇ ਕੋਲ ਹੈ ਕੁਛ ਖੋਣ ਨੂੰ ਜੇ ਕੁਛ ਖੋਣ ਨੂੰ ਨੀ ਸਿੱਧੂ ਵਾਂਗ ਜੇ ਪਤਾ ਤੋਂ ਉੱਤੇ ਹੋ ਤੇ ਜੇ ਗੁਰੂ ਦੇ ਸਿੱਖ ਹੋ ਤੇ ਐਤਕੀ ਸਿੱਧੂ ਨੂੰ ਨੰਗੇ ਪੈਰੀ ਬਠਿੰਡੇ ਜ਼ਰੂਰ ਬੁਲਾਏ ਤਾਂ ਹੀ ਜੋ ਕਰੋ ਸਿੱਧੂ
ਕਿਉਂ ਨਾ ਰਹੂ ਪੰਜਾਬ ਨਹੀਂ ਤਾਂ ਰੋਣ ਦੇਣਗੇ ਤੱਪੜ ਰਹਿਣ ਚੁੱਕਾ ਨਹੀਂ ਰਹਿਣਾ ਇਹ ਮਿਲ ਕੇ ਖੇਡ ਖੇਡਦੇ ਆ ਫ੍ਰੈਂਡਲੀ ਮੈਚ ਖੇਡਦੇ ਆ ਇਹਨਾਂ ਦੀ ਅੰਦਰ ਦੀ ਬਾਤ ਹੈ ਇਹਨਾਂ ਦੀ ਲਕਸ਼ ਕੋਜੀ ਬਾਤ ਹੈ ਠੋਕੋ ਤਾੜੀ ਇਹਨਾਂ ਦੀ 75-25 ਬਾਤ ਹੈ ਹਰਾਮ ਦਾ ਹੋਵੇ ਹਰਾਮ ਦਾ ਹੋਵੇ ਜਿਹੜਾ ਇਹਨਾਂ ਚੋਰਾਂ ਨਾਲ ਖਾਜੇ ਹਰਾਮ ਦਾ ਹੋਵੇ ਸਿੱਧੂ ਜੇ ਇਹਨਾਂ ਦੀ 25 ਪੈਸੇ ਰਵਾਦਾਰ ਹੋਵੇ ਮੇਰੇ ਪਿਓ ਨੇ ਜਾਂਦੇ ਕਿਹਾ ਸੀ ਆਹ ਮੱਥੇ ਤੇ ਲਿਖਦੇ ਮੇਰੇ ਪੁੱਤ ਦੇ ਨਾਟ ਫੋਰ ਸੇਲ ਇਹ ਇਮਾਨ ਵਿਕਾਉ ਨਹੀਂ ਕਰੋ ਸਵਾਲ